ਪੰਜਾਬ ਦੀ ਸਿਆਸਤ ਦੇ ਵਿੱਚ ਚੰਨੀ ਚੰਨ ਬਣ ਕੇ ਚਮਕਿਆ ਸਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੀ ਖਾਸ ਰਿਪੋਰਟ ਦੇ ਵਿੱਚ ਸਭ ਦਾ ਸਵਾਗਤ ਹੈ ਮੈਂ ਹਰਸ਼ਰਨ ਕੌਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਿਨਾਂ ਵਿੱਚ ਹੀ ਲੋਕਾਂ ਦੇ ਦਿਲਾਂ 'ਚ ਉਤਰ ਗਏ ਨੇ ਜ਼ਿਆਦਾਤਰ ਪੰਜਾਬੀ ਲੋਕ ਚੰਨੀ ਨੂੰ ਸੂਬੇ ਦੇ ਅਗਲੇ ਮੁੱਖ ਮੰਤਰੀ ਵਜੋਂ ਚਾਣ ਲੱਗੇ ਨੇ ਇਹਦਾ ਖਾਲਸ ਟੀਵੀ ਦਾ ਸਰਵੇ ਨਹੀਂ ਹੈ ਬਲਕਿ ਇਹ ਸੀ ਵੋਟਰਸ ਨਾਂ ਦੀ ਇੱਕ ਸੰਸਥਾ ਰਾਹੀਂ ਗੱਲ ਉੱਭਰ ਕੇ ਸਾਹਮਣੇ ਆਈ ਹੈ ਸੀ ਵੋਟਰਸ ਦੇ ਸਰਵੇ ਤੋਂ ਬਾਅਦ ਕਿਹਾ ਜਾ ਸਕਦਾ ਹੈ ਕਿ ਮੁੱਖ ਮੰਤਰੀ ਚੰਨੀ ਦੀ ਖਾਸੀਅਤ ਇਹ ਹੈ ਕਿ ਉਹਨਾਂ ਨੇ ਆਮ ਆਦਮੀ ਬਣ ਕੇ ਸ਼ਾਹੀ ठाट ਵਾਲੇ ਸਿਆਸੀ ਲੀਡਰਾਂ ਨੂੰ ਹੀ ਹਾਸ਼ੀਏ ਤੋਂ ਬਾਹਰ ਨਹੀਂ ਕੀਤਾ ਬਲਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਵੀ ਹਾਸ਼ੀਏ ਤੇ ਤੱਕ ਦਿੱਤਾ ਅਨੁਸੂਚਿਤ ਜਾਤੀ ਮੁੱਖ ਮੰਤਰੀ ਵਜੋਂ ਜਾਣੇ ਜਾਂਦੇ ਚੰਨੀ ਨੂੰ ਸੂਬੇ ਦੇ 30.9% ਲੋਕ ਅਗਲੇ ਮੁੱਖ ਮੰਤਰੀ ਵਜੋਂ ਦੇਖਣ ਦੀ ਸਿੱਖ ਦਿਲ ਵਿੱਚ ਪਲੋਸ ਰਹੇ ਨੇ ਪੰਜ ਸੂਬਿਆਂ ਦੀਆਂ 609 ਸੀਟਾਂ ਦੇ 10,7193 ਵੋਟਰਾਂ ਤੇ ਆਧਾਰਿਤ ਸਰਵੇ ਦੇ ਵਿੱਚ ਚੰਨੀ ਪੂਰੀ ਤਰ੍ਹਾਂ ਛਾ ਗਏ ਨਜ਼ਰ ਆ ਰਹੇ ਨੇ ਸਰਵੇ ਦੇ ਮੁਤਾਬਕ ਉਹਨਾਂ ਦੇ ਮੁੱਖ ਮੰਤਰੀ ਬਣਨ ਨਾਲ ਕਾਂਗਰਸ ਦੀਆਂ ਅਗਲੀਆਂ ਚੋਣਾਂ ਦੇ ਵਿੱਚ ਸੱਤਾ ਤੇ ਕਬਜ਼ਾ ਕਰਨ ਦਾ ਰਾਹ ਸੁਖਾਲਾ ਹੋ ਗਿਆ ਹਾਲਾਂਕਿ ਆਮ ਆਦਮੀ ਪਾਰਟੀ ਵੀ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ ਸੀ ਵੋਟਰਸ ਦੇ ਵੱਲੋਂ ਇਹ ਸਰਵੇ ਸਿਰਫ ਪੰਜਾਬ ਹੀ ਨਹੀਂ ਬਲਕਿ ਆਉਂਦੇ ਦਿਨਾਂ ਦੇ ਵਿੱਚ ਦੇਸ਼ ਦੇ ਪੰਜ ਸੂਬਿਆਂ ਦੇ ਵਿੱਚ ਜਿੱਥੇ-ਜਿੱਥੇ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਨੇ ਉੱਥੇ-ਉੱਥੇ ਸਰਵੇ ਕੀਤਾ ਗਿਆ ਹੈ ਸਰਵੇ ਦੇ ਮੁਤਾਬਿਕ ਚੰਨੀ ਤੋਂ ਬਾਅਦ ਪੰਜਾਬ ਦੇ ਵੋਟਰਾਂ ਦਾ ਗ੍ਰਾਫ ਇੱਕਦਮ ਢੇਠਾਂ ਡਿੱਗ ਜਾਂਦਾ ਹੈ ਪੰਜਾਬ ਦੇ ਸਿਰਫ 20.8% ਲੋਕ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਵਜੋਂ ਦੇਖਦੇ ਨੇ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੇਜਰੀਵਾਲ ਤੋਂ ਵੀ ਹੇਠਾਂ ਨੇ ਉਹਨਾਂ ਨੂੰ 16.1% ਲੋਕ ਪਸੰਦ ਕਰਦੇ ਨੇ ਮੁੱਖ ਮੰਤਰੀ ਵਜੋਂ ਜਦ ਕਿ ਭਗਵੰਤ ਮਾਨ ਸੁਖਬੀਰ ਬਾਦਲ ਤੋਂ ਵੀ ਥੱਲੇ ਰਹਿ ਗਏ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਵਜੋਂ ਸਿਰਫ ਪੰਜਾਬ ਦੇ 13% ਲੋਕਾਂ ਨੇ ਹੀ ਆਪਣਾ ਦਿਲ ਦੱਸਿਆ ਤੇ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਾਲੇ ਵੀ ਸੂਬੇ ਦੇ 7.5% ਲੋਕ ਮੋੜ ਤੋਂ ਮੁੱਖ ਮੰਤਰੀ ਵਜੋਂ ਦੇਖਣਾ ਚਾਹੁੰਦੇ ਨੇ ਤੇ ਸਭ ਤੋਂ ਹੈਰਾਨੀ ਦੀ ਗੱਲ ਜਿਹੜੀ ਦਿਲ ਨੂੰ ਨਾ ਵੀ ਚਚੇ ਉਹ ਇਹ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਇਸ ਮੁਕਾਬਲੇ ਦੇ ਵਿੱਚ ਫੱਡ ਹੀ ਰਹਿ ਗਏ ਨੇ ਉਹਨਾਂ ਨੂੰ ਸਿਰਫ 4.7% ਲੋਕ ਹੀ ਮੁੱਖ ਮੰਤਰੀ ਵਜੋਂ ਦੇਖਣ ਦੀ ਛਾ ਰੱਖਦੇ ਨੇ ਤੇ ਜਿਵੇਂ ਅਸੀਂ ਪਹਿਲਾਂ ਹੀ ਕਿਹਾ ਸੀ ਕਿ ਇਹ ਦਾ ਖਾਲਸ ਟੀਵੀ ਦਾ ਸਰਵੇ ਨਹੀਂ ਹੈ ਸੀ ਵੋਟਰਸ ਕੰਪਨੀ ਦਾ ਸਰਵੇ ਹੈ ਅਤੇ ਜਿਹੜੇ ਸਰਵੇ ਹੁੰਦੇ ਨੇ ਉਹ ਸਾਰੇ ਲੋਕਾਂ ਦੇ ਉੱਤੇ ਨਹੀਂ ਕੀਤੇ ਜਾਂਦੇ ਸਰਵੇ ਦੇ ਵਿੱਚ ਕੁਝ ਲਿਮਟਿਡ ਗਿਣਤੀ ਦੇ ਵਿੱਚ ਲੋਕਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ ਤੇ ਉਹਨਾਂ ਦੀ رائے ਦੇ ਆਧਾਰ ਉੱਤੇ ਇੱਕ ਰਿਪੋਰਟ ਹੈ ਜਿਹੜੀ ਉਹ ਪੇਸ਼ ਕੀਤੀ ਜਾਂਦੀ ਹੈ ਜਦ ਕਿ ਅਸਲ ਤਸਵੀਰ ਹੈ ਜਿਹੜੀ ਉਹ ਵੋਟਾਂ ਪੈਣ ਤੋਂ ਬਾਅਦ ਹੀ ਸਾਹਮਣੇ ਆਉਂਦੀ ਹੈ ਪੰਜਾਬ ਤੋਂ ਬਾਅਦ ਯੂਪੀ ਦੀ ਗੱਲ ਕਰ ਲਈਏ ਜਿੱਥੇ ਚੋਣਾਂ ਆਉਣ ਵਾਲੀਆਂ ਨੇ ਉਥੋਂ ਦੀ ਸਰਕਾਰ ਚਾਹੇ ਲਗਾਤਾਰ ਵਿਵਾਦਾਂ ਦੇ ਵਿੱਚ ਘिरी ਚੱਲੀ ਆ ਰਹੀ ਹੈ ਯੋਗੀ ਸਰਕਾਰ ਅਤੇ ਗ੍ਰਹਿ ਮੰਤਰੀ ਅਗਲੀਆਂ ਚੋਣਾਂ ਨੂੰ ਲੈ ਕੇ ਚਿੰਤਾ ਵੀ ਜਤਾ ਚੁੱਕੇ ਨੇ ਪਰ ਫਿਰ ਵੀ ਮੁੱਖ ਮੰਤਰੀ ਯੋਗੀ ਦਿਤੀਆਨਾਥ ਮੌਜੂਦਾ ਸਥਿਤੀ ਦੇ ਵਿੱਚ ਹਨ ਸੂਬੇ ਦੇ 41.4% ਲੋਕ ਯੋਗੀ ਨੂੰ ਹੀ ਮੋੜ ਤੋਂ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਨੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਲੇਸ਼ ਜਾਦਵ ਦੇ ਹੱਕ ਵਿੱਚ 31.4% ਦੀ ਲੋਕ ਨੇ बसपा ਸੁਪਰੀਮੋ ਮਾਇਆਵਤੀ ਦੇ ਹੱਕ ਵਿੱਚ ਯੂਪੀ ਦੇ 15.6% ਦੀ ਲੋਕ ਨੇ ਅਤੇ ਗਾਂਧੀ ਪਰਿਵਾਰ ਦੀ ਧੀ ਕਾਂਗਰਸੀ ਲੀਡਰ ਪ੍ਰਿਆੰਕਾ ਗਾਂਧੀ ਇਸ ਲੜੀ ਦੇ ਵਿੱਚ ਸਭ ਤੋਂ ਫਾਡੀ ਹੈ ਸਿਰਫ 4.9 ਫੀਸਦੀ ਉੱਤਰ ਪ੍ਰਦੇਸ਼ ਦੇ ਲੋਕ ਪ੍ਰਿਆੰਕਾ ਗਾਂਧੀ ਨੂੰ ਸੀਐਮ ਵਜੋਂ ਦੇਖਦੇ ਨੇ ਗੱਲ ਉੱਤਰਾਖੰਡ ਦੀ ਕਰੀਏ ਤਾਂ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ 31.5 ਫੀਸਦੀ ਲੋਕਾਂ ਦੇ ਚਹੇਤੇ ਬੜੇ ਨੇ ਜਦਕਿ ਮੌਜੂਦਾ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੂੰ 27.7 ਫੀਸਦੀ ਲੋਕ ਮੋੜ ਤੋਂ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾਉਣ ਲਈ ਰਾਜ਼ੀ ਨੇ ਭਾਰਤੀ ਜਨਤਾ ਪਾਰਟੀ ਦੇ ਅਨਿਲ ਬੁਲਾਨੀ ਅਤੇ ਆਮ ਆਦਮੀ ਪਾਰਟੀ ਦੇ ਅਜੇ ਕੁਠਿਆਲ ਦੇ ਹੱਕ ਵਿੱਚ 18.3 ਅਤੇ 8.8 ਫੀਸਦੀ ਲੋਕਾਂ ਨੇ ਵੋਟ ਦਿੱਤੀ ਹੈ ਹੁਣ ਗੱਲ ਕਰਾਂਗੇ ਗੋਆ ਦੀ ਗੋਆ ਦੇ ਵਿੱਚ ਵੀ ਮੁੱਖ ਮੰਤਰੀ ਪ੍ਰਮੋਦ ਸਾਵੰਤ ਹਾਲੇ ਵੀ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਨੇ ਸਵੇਰੇ ਦੇ 3.4 ਫੀਸਦੀ ਲੋਕ ਉਹਨਾਂ ਨੂੰ ਮੁੜ ਤੋਂ ਮੁੱਖ ਮੰਤਰੀ ਦੇਖਣ ਦਾ ਮਨ ਬਣਾ ਚੁੱਕੇ ਨੇ ਆਮ ਆਦਮੀ ਪਾਰਟੀ ਨੇ ਹਾਲੇ ਤੱਕ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਹੀ ਨਹੀਂ ਕੀਤਾ ਪਰ 19 ਫੀਸਦੀ ਲੋਕ ਗੋਆ ਦੇ ਵਿੱਚ ਚਾਹੁੰਦੇ ਨੇ ਕਿ ਗੋਆ ਦੇ ਵਿੱਚ ਆਮ ਆਦਮੀ ਪਾਰਟੀ ਦੀ carbonate ਅਤੇ ਗੋਆ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਿਸ਼ਵਜੀਤ ਰਾਣੇ 15.3 ਫੀਸਦੀ ਵੋਟਾਂ ਦੇ ਨਾਲ ਫਾਡੀ ਨੇ ਤੇ ਗੱਲ ਇਹ ਵੀ ਸੱਚ ਹੈ ਕਿ ਚੋਣਾਂ ਤੋਂ ਪਹਿਲਾਂ ਬਹੁਤੀ ਵਾਰੀ ਹਵਾ ਦਾ ਰੁਖ ਬਦਲਣ ਦੇ ਲਈ ਸਿਆਸੀ ਪਾਰਟੀਆਂ ਆਪਣੀ ਮਨਮਰਜ਼ੀ ਦੇ ਚੋਣ ਸਰਵੇ ਵੀ ਕਰਵਾਉਂਦੀਆਂ ਨੇ ਐਗਜ਼ਿਟ ਪੋਲ ਵੀ ਇਸੇ ਕੜੀ ਦਾ ਦੂਜਾ ਹਿੱਸਾ ਨੇ ਪਰ ਸਰਵੇਖਣਾ ਨੂੰ ਮੀਡੀਆ ਦੇ ਵਿੱਚ ਥਾਂ ਦਿੱਤੀ ਜਾਂਦੀ ਹੈ ਤੇ ਇਸੇ ਸਰਵੇ ਨੂੰ ਆਧਾਰ ਮੰਨ ਕੇ ਚਰਚਾ ਛਿੜੀ ਹੈ ਕਿ ਆਮ ਆਦਮੀ ਪਾਰਟੀ ਵਜੋਂ ਵਿਚਰਦਿਆਂ ਚਰਨਜੀਤ ਸਿੰਘ ਚੰਨੀ ਪੰਜਾਬ ਦੀ ਸਿਆਸਤ ਦੇ ਅੰਬਰ ਉੱਤੇ ਚਮਕਣ ਲੱਗੇ ਨੇ ਆਪਣੇ ਭਾਸ਼ਣਾਂ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੇ ਗਰੀਬ ਪਿਛੋਕੜ ਦੇ ਹਵਾਲੇ ਨਾਲ ਕੀਤੀ ਜਾਂਦੀ ਗੱਲ ਲੋਕਾਂ ਦੇ ਦਿਲਾਂ ਤੇ ਉਤਰਨ ਜ਼ਰੂਰ ਲੱਗੀ ਹੈ ਪਰ ਉਹਨਾਂ ਦਾ ਇੱਕ ਤਕੀਆ ਕਲਾਮ ਗਰੀਬ ਹਾਂ ਪਰ ਕਮਜ਼ੋਰ ਨਹੀਂ ਇਹ ਵੀ ਮਜ਼ਾਕ ਦਾ ਕਾਰਨ ਬਣ ਲੱਗਿਆ ਸੋ ਕੁੱਲ ਮਿਲਾ ਕੇ ਅਸਲੀ ਨਤੀਜਾ ਤਾਂ ਸਾਹਮਣੇ ਆਵੇਗਾ ਵੋਟਾਂ ਪੈਣ ਤੋਂ ਬਾਅਦ ਲੋਕਾਂ ਦੀ ਅਸਲੀ ਰਾਏ ਹੈ ਜਿਹੜੀ ਉਹ ਵੋਟਾਂ ਦੱਸਣ ਗਿਆ ਇਹ ਸਿਰਫ ਸਰਵੇ ਹੁੰਦੇ ਨੇ ਤੇ ਸਰਵੇ ਜਦੋਂ ਹੁੰਦੇ ਨੇ ਤੇ ਉਹਨਾਂ ਦੀ ਰਿਪੋਰਟ ਲੋਕਾਂ ਨੂੰ ਦੇਣੀ ਬੜੀ ਜ਼ਰੂਰੀ ਹੁੰਦੀ ਹੈ ਤੇ ਹੁਣ ਪੰਜਾਬ ਦੇ ਲੋਕ ਹੀ ਜਾਣਦੇ ਨੇ ਕਿ ਉਹ ਕਿਹਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਨੇ ਧੰਨਵਾਦ